गुड मॉर्निंग नेट मैक्स वर्ल्ड फ्रेंड्स, आज आप एक यूएस के बहुत ही पॉपुलर H1B वीजा से गल करेंगे। जे कोई परसन यूएस जाना चाहता है, उसके डिफरेंट ऑप्शंस ने, जिमें टूरिस्ट वीजा, स्टडी वीजा, स्पाउस वीजा, ग्रीन कार्ड, ते एक ऑप्शन है H1B वीजा। पिछले 2 साल तो यह बहुत न्यूज के आ रहा है कि H1B वीजा की होंगे, किस तरह वीजा लगता है, जो वीजा दे नाल की ग्रीन कार्ड अपना अप्लाई होंगे कि नहीं होंगे। बहुत सारे क्वेश्चन ने H1B वीजा के, जेडे आप इस वीडियो के डिस्कस करांगे। एक्चुअली H1B वीजा एम्पलायर वालों अप्लाई किया जाता है अपने एम्पलाइज लिए। ਇਹਦੀ ਮੇਨ ਰਿਕੁਆਇਰਮੈਂਟ ਇਹ ਹੈ ਕਿ ਸਪੈਸ਼ਲਿਸਟੀ ਪ੍ਰੋਫੈਸ਼ਨਸ ਨੇ ਜਿਹੜੇ, ਉਹਨਾਂ ਲਈ ਇਹ ਵੀਜ਼ਾ ਇਸ਼ੂ ਹੁੰਦਾ, ਜਿਵੇਂ IT ਫੀਲਡ, ਸ਼ੈਫਸ, ਸਾਇੰਟਿਸਟ ਐਟਸੈਟਰਾ। ਇਹਦੇ ਲਈ ਮਿਨੀਮਮ 20 ਈਅਰਸ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ H1B ਵੀਜ਼ਾ ਲੈਣ ਲਈ। ਇਸ ਦੀ ਐਪਲੀਕੇਸ਼ਨ ਅਤੇ ਵੀਜ਼ਾ ਫੀ ਇੰਪਲਾਇਰ ਵੱਲੋਂ ਕੀਤੀ ਜਾਂਦੀ ਹੈ, ਔਰ ਇਹਦੇ ਇੱਕ ਮੈਕਸੀਮਮ H1B ਵੀਜ਼ਾ ਲੈਣ ਦੀ ਇੱਕ ਲਿਮਿਟ ਹੈ ਜਿਹੜੀ US ਲੈਜਿਸਲੇਸ਼ਨ ਵੱਲੋਂ ਰੱਖੀ ਗਈ ਹੈ। ਇਹ 65,000 ਵੀਜ਼ਾ ਹੈ ਜਿਹੜੇ ਹਰ ਸਾਲ ਜਿਹੜੇ H1B ਵੀਜ਼ਾ ਇਸ਼ੂ ਹੁੰਦੇ ਨੇ। ਐਕਚੁਅਲੀ H1B ਵੀਜ਼ਾ ਜਿਹੜਾ, ਇਹ 3 ਸਾਲ ਲਈ ਗ੍ਰਾਂਟ ਹੁੰਦਾ। ਆਫਟਰ 3 ਈਅਰਸ ਤੋਂ ਬਾਅਦ ਤੁਸੀਂ ਇਹਨੂੰ ਅਗਲੇ ਹੋਰ 3 ਸਾਲ ਲਈ ਅੱਗੇ ਐਕਸਟੈਂਡ ਕਰ ਸਕਦੇ ਹੋ। ਆਫਟਰ 6 ਈਅਰਸ ਤੁਸੀਂ ਇਹਨੂੰ ਐਕਸਟੈਂਡ ਨਹੀਂ ਕਰ ਸਕਦੇ। ਇਸ ਤੋਂ ਬਾਅਦ ਤੁਹਾਡੇ ਕੋਲ ਆਪਸ਼ਨਸ ਆ ਜਾਂਦੇ ਨੇ, ਜਾਂ ਤੁਸੀਂ ਰੀਅਪਲਾਈ ਕਰੋ ਆਲ ਦਾ ਪ੍ਰੋਸੈਸ ਫਰੋਮ ਦਾ ਬਿਗਨਿੰਗ, ਜਾਂ ਤੁਸੀਂ ਆਪਣੇ ਜਿਹੜੇ H1B ਵੀਜ਼ਾ ਨੂੰ ਆਪਣੇ ਜਿਹੜੇ ਗ੍ਰੀਨ ਕਾਰਡ ਦੇ ਵਿੱਚ ਇਸ਼ੂ ਕਨਵਰਟ ਕਰੋ। H1B ਵੀਜ਼ਾ ਦੇ ਜਿਹੜੇ ਕੈਂਡੀਡੇਟਸ ਹੈ, ਉਹ 2 ਵੇ ਨਾਲ ਆਪਣਾ ਗ੍ਰੀਨ ਕਾਰਡ ਆ ਲੈ ਸਕਦੇ। ਇੱਕ ਤਾਂ ਕਿ ਉਹਨਾਂ ਦਾ ਇੰਪਲਾਇਰ ਆ ਉਹਨਾਂ ਲਈ ਅਪਲਾਈ ਕਰੇ, ਇਹ ਕੈਂਡੀਡੇਟ ਖੁਦ ਆਪਣੀਆਂ ਟਰਮ ਐਂਡ ਕੰਡੀਸ਼ਨਸ ਨੇ ਗ੍ਰੀਨ ਕਾਰਡ ਦੀਆਂ ਪੂਰੀਆਂ ਕਰਕੇ ਅਤੇ ਉਸਨੂੰ ਕਨਵਰਟ ਕਰ ਸਕਦਾ। H1B ਵੀਜ਼ਾ ਜਿਹੜਾ ਇੰਡੀਆ ਤੋਂ ਬਹੁਤ ਜ਼ਿਆਦਾ ਇਸ਼ੂ ਹੁੰਦਾ, ਕਿਉਂਕਿ ਇੰਡੀਆ ਜਿਹੜਾ ਇੱਕ IT ਦਾ ਬਹੁਤ ਵੱਡਾ ਹੱਬ ਹੈ, ਅਤੇ ਜਿਹੜੇ IT ਦੀਆਂ ਕੰਪਨੀਜ਼ ਨੇ ਜਿਹੜੀਆਂ ਇੰਡੀਆ ਅਤੇ US ਦੀਆਂ, ਉੱਥੇ ਆਫਿਸ ਖੋਲ ਕੇ ਜਿਹੜੇ H1B ਵੀਜ਼ਾ ਆਪਣੇ ਇੰਪਲਾਈਜ਼ ਲਈ ਇਸ਼ੂ ਕਰਦੀਆਂ ਨੇ। ਸੋ ਥੈਂਕ ਯੂ ਵੈਰੀ ਮੱਚ ਦੋਸਤੋ, ਇਸ ਵੀਡੀਓ ਦੇ ਵਿੱਚ ਇੰਨਾ ਹੀ। ਹੁਣ ਆਪਾਂ ਜਲਦ ਇੱਕ ਨਵੇਂ ਵੀਡੀਓ ਦੇ ਨਾਲ ਆਵਾਂਗੇ, ਜਿਹਦੇ 'ਚ ਆਪਾਂ ਇੱਕ ਹੋਰ ਇਨਫੋਰਮੇਸ਼ਨ ਕਿਸੇ ਕੰਟਰੀ ਦੇ ਵੀਜ਼ਾ ਬਾਰੇ ਆਪਾਂ ਲਵਾਂਗੇ। ਸੋ ਥੈਂਕ ਯੂ ਵੈਰੀ ਮੱਚ, ਗੁੱਡ ਲੱਕ, ਥੈਂਕ ਯੂ।